ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਫਿਰ ਤੋਂ ਪੰਜਾਬ ਨਿਊਜ਼ ਚੈਨਲ ਦੇ ਵਿੱਚ, ਅਤੇ ਹਾਜ਼ਰ ਹੋਏ ਹਾਂ ਜੀ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ। ਅਤੇ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ, ਅਤੇ ਨਾਲ ਲੱਗੇ ਬੈਲ ਦੇ ਆਈਕੋਨ ਨੂੰ ਜ਼ਰੂਰ ਪ੍ਰੈਸ ਕਰ ਦੇਣ। ਅਤੇ ਜੇ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰ ਦਿਆ ਕਰੋ। ਅਤੇ ਗੱਲਬਾਤ ਕਰਦੇ ਹਾਂ ਜੀ ਅੱਜ ਦੀ ਪਹਿਲੀ ਚੋਣਵੀਂ ਖਬਰ ਦੀ। ਫਲਿੱਪਕਾਰਟ ਅਤੇ ਐਮਾਜੋਨ ਨੇ ਔਨਲਾਈਨ ਸੇਵਾਵਾਂ ਕੀਤੀਆਂ ਬੰਦ। ਖੁਸ਼ਖਬਰੀ, ਭਾਰਤ ਦੇਸ਼ ਵਿੱਚ 42 ਲੋਕ ਪੂਰੀ ਤਰ੍ਹਾਂ ਸਿਹਤਮੰਦ ਹੋਏ। ਕੋਰੋਨਾ ਵਾਇਰਸ ਵੇਰਕਾ ਨੇ ਦੁੱਧ ਦੀ ਡੋਰ ਟੂ ਡੋਰ ਸਪਲਾਈ ਲਈ ਜਾਰੀ ਕੀਤੇ ਨੰਬਰ। ਮੁੱਖ ਮੰਤਰੀ ਵੱਲੋਂ ਅਮਿਤ ਸ਼ਾਹ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਲਿਖਿਆ ਗਿਆ ਪੱਤਰ। ਪ੍ਰਧਾਨ ਮੰਤਰੀ ਮੋਦੀ ਨੇ ਮੰਤਰੀਆਂ ਨੂੰ ਹਦਾਇਤ ਕੀਤੀ, ਲੋਕਾਂ ਨੂੰ ਤਾਲਾਬੰਦੀ ਵਿੱਚ ਮੁਸ਼ਕਲ ਨਹੀਂ ਹੋਣੀ ਚਾਹੀਦੀ। ਸਿਹਤ ਵਿਭਾਗ ਨੇ ਵਿਦੇਸ਼ਾਂ ਤੋਂ ਆਏ ਲੋਕਾਂ ਦੇ ਲਾਈਆਂ ਮੋਹਰਾਂ। 21 ਦਿਨ ਲੋਕਡਾਊਨ, ਘਬਰਾਉਣ ਦੀ ਲੋੜ ਨਹੀਂ, ਜਾਣੋ ਕਿੰਨਾ ਚੀਜ਼ਾਂ 'ਤੇ ਮਿਲੇਗੀ ਛੋਟ। ਐਕਸੋਮੀ ਨੇ ਭਾਰਤ ਨੂੰ ਦਾਨ ਕੀਤੇ ਲੱਖਾਂ ਮਾਸਕ ਅਤੇ ਡਾਕਟਰਾਂ ਲਈ ਡਰੈੱਸ। ਕੋਰੋਨਾ ਵਾਇਰਸ ਤੋਂ ਡਰੀ ਸਰਕਾਰ, ਮੋਦੀ ਤੋਂ ਦੂਰ ਦੂਰ ਬੈਠੇ ਮੰਤਰੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਚ ਮਰਿਆਦਾ ਜਾਰੀ, ਸੰਗਤ ਲਈ ਨਹੀਂ ਰੋਕ, ਮੈਨੇਜਰ ਦੀਨਪੁਰ। ਸ਼੍ਰੀ ਹਜ਼ੂਰ ਸਾਹਿਬ ਵਿਖੇ ਫਸੇ 400 ਸ਼ਰਧਾਲੂਆਂ ਨੂੰ ਕਢਵਾਉਣ ਲਈ ਮੁੱਖ ਮੰਤਰੀ ਤੋਂ ਮਦਦ ਦੀ ਮੰਗ। ਕਰਫਿਊ ਲੱਗਣ ਦੇ ਬਾਵਜੂਦ ਵੀ ਦੁਕਾਨਾਂ ਖੋਲ੍ਹਣ ਵਾਲੇ 8 ਦੁਕਾਨਦਾਰਾਂ 'ਤੇ ਕੇਸ ਦਰਜ। ਮੋਦੀ ਤੋਂ ਵੀ ਤੇਜ਼ ਨਿਕਲਿਆ ਕੈਪਟਨ ਦਾ ਇਹ ਪਿੰਡ। ਮੋਦੀ ਦੇ ਲੋਕਡਾਊਨ ਮਗਰੋਂ ਕੇਜਰੀਵਾਲ ਆਏ ਸਾਹਮਣੇ, ਕੀਤਾ ਵੱਡਾ ਐਲਾਨ। ਰਿਲਾਇੰਸ ਇੰਡਸਟਰੀਜ਼ 30,000 ਤੋਂ ਘੱਟ ਤਨਖਾਹ ਲੈਣ ਵਾਲਿਆਂ ਨੂੰ ਮਹੀਨੇ 'ਚ 2 ਵਾਰ ਦੇਵੇਗੀ ਸੈਲਰੀ, ਕੋਰੋਨਾ ਬਣਿਆ ਕਾਰਨ। ਸਬਜ਼ੀ ਅਤੇ ਬਾਕੀ ਚੀਜ਼ਾਂ ਲਈ ਕਰਫਿਊ ਵਿੱਚ ਦਿੱਤੀ ਜਾਵੇਗੀ ਢਿੱਲ। ਦੋਸਤੋ, ਇਹ ਸੀਗੀਆਂ ਇਸ ਸਮੇਂ ਦੀਆਂ ਚੋਣਵੀਆਂ ਖਬਰਾਂ, ਅਤੇ ਹੁਣ ਗੱਲਬਾਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਦੀ। ਫਲਿੱਪਕਾਰਟ ਅਤੇ ਐਮਾਜੋਨ ਨੇ ਔਨਲਾਈਨ ਸੇਵਾਵਾਂ ਕੀਤੀਆਂ ਬੰਦ। ਭਾਰਤ ਦੀਆਂ ਦਿੱਗਜ ਕੰਪਨੀਆਂ ਫਲਿੱਪਕਾਰਟ ਅਤੇ ਐਮਾਜੋਨ ਨੇ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਫੈਸਲਾ ਲਿਆ ਹੈ, ਅਤੇ ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ 21 ਦਿਨ ਤੱਕ ਲੋਕਡਾਊਨ ਨੂੰ ਦੇਖਦੇ ਹੋਏ ਕੰਪਨੀ ਨੇ ਇਹ ਕਦਮ ਚੁੱਕਿਆ, ਅਤੇ ਫਲਿੱਪਕਾਰਟ ਨੇ ਆਪਣੀ ਵੈਬਸਾਈਟ 'ਤੇ ਇੱਕ ਮੈਸੇਜ ਵਿੱਚ ਲਿਖਿਆ ਕਿ ਇਸ ਵਿੱਚ ਉਹਨਾਂ ਨੇ ਆਪਣੇ ਆਪਰੇਸ਼ਨ ਨੂੰ ਬੰਦ ਕਰਨ ਬਾਰੇ ਦੱਸਿਆ, ਅਤੇ ਇਸ ਮੈਸੇਜ ਵਿੱਚ ਲਿਖਿਆ ਕਿ ਉਹ ਆਪਣੀਆਂ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਰਹੇ ਹਨ। ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ, ਉਹਨਾਂ ਨੇ ਇਹ ਫੈਸਲਾ ਲਿਆ ਹੈ, ਅਤੇ ਪਰ ਉਹ ਇਹਨਾਂ ਸੇਵਾਵਾਂ ਨੂੰ ਜਲਦ ਹੀ ਸ਼ੁਰੂ ਕਰ ਦੇਣਗੇ। ਅਗਲੀ ਵੱਡੀ ਖਬਰ ਹੈ ਜੀ, ਖੁਸ਼ਖਬਰੀ, ਭਾਰਤ ਦੇਸ਼ ਵਿੱਚ 42 ਲੋਕ ਪੂਰੀ ਤਰ੍ਹਾਂ ਸਿਹਤਮੰਦ ਹੋਏ। ਦੁਨੀਆ ਵਿੱਚ ਜਿੱਥੇ ਕੋਰੋਨਾ ਦਾ ਕਹਿਰ ਹੈ, ਉੱਥੇ ਇਸ ਵਾਇਰਸ ਤੋਂ ਠੀਕ ਹੋਣ ਵਾਲਿਆਂ ਦਾ ਵੱਡਾ ਅੰਕੜਾ ਵੀ ਸਾਹਮਣੇ ਆ ਚੁੱਕਿਆ। ਹੁਣ ਤੱਕ 1,00,000 ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਪਹਿਲੇ ਕੋਰੋਨਾ ਪੋਜ਼ਿਟਿਵ ਪਾਏ ਗਏ ਦੋਵੇਂ ਕੇਸ ਠੀਕ ਹੋ ਗਏ ਨੇ, ਅਤੇ ਉਹਨਾਂ ਨੂੰ 2 ਹਫ਼ਤੇ ਪਹਿਲਾਂ ਪ੍ਰਭਾਵਿਤ ਪਾਇਆ ਗਿਆ ਸੀ। ਮੰਗਲਵਾਰ ਨੂੰ ਦੋਵਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਬੁੱਧਵਾਰ ਸਵੇਰ ਤੱਕ ਦੋਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਨਾਲ ਪੂਰੇ ਦੇਸ਼ ਵਿੱਚ ਹੁਣ ਤੱਕ 42 ਲੋਕ ਠੀਕ ਹੋ ਚੁੱਕੇ ਹਨ, ਜਦਕਿ 469 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਅਗਲੀ ਵੱਡੀ ਖਬਰ ਹੈ ਜੀ, ਵੇਰਕਾ ਨੇ ਦੁੱਧ ਦੀ ਡੋਰ ਟੂ ਡੋਰ ਸਪਲਾਈ ਲਈ ਜਾਰੀ ਕੀਤੇ ਨੰਬਰ। ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਦੀ ਕੈਪਟਨ ਸਰਕਾਰ ਨੇ ਸੂਬੇ 'ਚ ਕਰਫਿਊ ਲਗਾ ਦਿੱਤਾ, ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਪਿਛਲੇ 2 ਦਿਨਾਂ ਤੋਂ ਕਰਫਿਊ ਲੱਗਿਆ ਹੋਇਆ। ਅਜਿਹੇ 'ਚ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਅਤੇ ਜਲੰਧਰ 'ਚ ਦੁੱਧ ਸਪਲਾਈ ਕੰਪਨੀ ਦੀਆਂ ਫੋਨ ਸੇਵਾਵਾਂ ਨੂੰ ਕੱਟਣ ਦੀਆਂ ਅਫਵਾਹਾਂ ਸਾਹਮਣੇ ਆਈਆਂ ਹਨ। ਇਸ ਸੰਬੰਧੀ ਜਲੰਧਰ ਦੇ DC ਨੇ ਇਨਕਾਰ ਕੀਤਾ। DC ਨੇ ਕਿਹਾ ਕਿ ਜੋ ਵੀ ਅਫਵਾਹ ਫੈਲਾਈ ਗਈ ਉਹ ਵਿਅਰਥ ਹੈ, ਅਤੇ ਉੱਥੇ ਹੀ
ਅਮਰੀਕਾ ਵੱਲੋਂ ਕਿਹਾ ਗਿਆ ਕਿ ਉਹ ਡੋਰ ਟੂ ਡੋਰ ਦੀ ਸਪਲਾਈ ਕਰਨ ਨੂੰ ਤਿਆਰ ਹਨ। ਇਸ ਲਈ ਉਹਨਾਂ ਨੇ ਕੁਝ ਨੰਬਰ ਵੀ ਸਾਂਝੇ ਕੀਤੇ ਨੇ। ਅਗਲੀ ਵੱਡੀ ਖਬਰ ਹੈ ਜੀ, ਮੁੱਖ ਮੰਤਰੀ ਵੱਲੋਂ ਅਮਿਤ ਸ਼ਾਹ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਲਿਖਿਆ ਗਿਆ ਪੱਤਰ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਇਸ ਸਮੇਂ ਗੁਰਦੁਆਰਾ ਨਾਂਦੇੜ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਉਹਨਾਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ। ਅਗਲੀ ਵੱਡੀ ਖਬਰ, ਪ੍ਰਧਾਨ ਮੰਤਰੀ ਮੋਦੀ ਨੇ ਮੰਤਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਤਾਲਾਬੰਦੀ ਵਿੱਚ ਮੁਸ਼ਕਲ ਨਹੀਂ ਹੋਣੀ ਚਾਹੀਦੀ। ਕੇਂਦਰ ਸਰਕਾਰ ਨੇ ਕੋਰੋਨਾ ਨਾਲ ਲੜਾਈ ਵਿੱਚ ਨਿਰੰਤਰ ਕਾਰਜਸ਼ੀਲ ਹੈ ਅਤੇ ਬੁੱਧਵਾਰ ਨੂੰ ਮੋਦੀ ਮੰਤਰੀ ਮੰਡਲ ਦੀ ਬੈਠਕ ਦੀ ਤਾਜ਼ਾ ਸਥਿਤੀ ਦੇ ਮੰਥਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕੈਬਨਿਟ ਨੂੰ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਤਾਲਾਬੰਦੀ ਦੌਰਾਨ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਣ ਦੇਣ। ਅਗਲੀ ਵੱਡੀ ਖਬਰ ਹੈ ਜੀ, ਸਿਹਤ ਵਿਭਾਗ ਨੇ ਵਿਦੇਸ਼ ਤੋਂ ਆਏ ਲੋਕਾਂ 'ਤੇ ਲਾਈਆਂ ਮੋਹਰਾਂ। ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਅੰਦਰ ਹਾਹਾਕਾਰ ਮੱਚੀ ਹੋਈ ਹੈ, ਉੱਥੇ ਸਿਹਤ ਵਿਭਾਗ ਦੇ ਅਧਿਕਾਰੀ ਆਪਣੇ ਆਪਣੇ ਇਲਾਕਿਆਂ ਦੇ ਅੰਦਰ ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਪਰਤੇ ਲੋਕਾਂ ਦੀ ਜਾਂਚ ਪੜਤਾਲ ਕਰਨ ਵਿੱਚ ਜੁਟੇ ਹੋਏ ਹਨ ਤਾਂ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਨਾਂ ਦੀ ਇਸ ਭਿਆਨਕ ਬਿਮਾਰੀ ਤੋਂ ਦੂਰ ਰੱਖਿਆ ਜਾ ਸਕੇ। ਇਸ ਲੜਕੀ ਦੇ ਤਹਿਤ ਸਿਹਤ ਵਿਭਾਗ ਦੇ ਅਧਿਕਾਰੀ ਬਲਾਕ ਸੜੋਆ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਜਾ ਕੇ ਵਿਦੇਸ਼ਾਂ ਤੋਂ ਆਏ ਲੋਕਾਂ ਦੇ ਮੋਹਰਾਂ ਲਾਈਆਂ ਗਈਆਂ ਨੇ। ਇਸ ਸੰਬੰਧੀ ਜਾਣਕਾਰੀ ਦਿੰਦੇ ਇੰਸਪੈਕਟਰ ਆਦਰਸ਼ ਕੁਮਾਰ ਅਤੇ ਵਰਿੰਦਰ ਕੁਮਾਰ ਹੈਲਥ ਇੰਸਪੈਕਟਰ ਸੜੋਆ ਨੇ ਦੱਸਿਆ ਕਿ ਬਲਾਕ ਸੜੋਆ ਦੇ ਅੰਦਰ ਕੁੱਲ 139 ਦੇ ਕਰੀਬ ਲੋਕ ਵਿਦੇਸ਼ ਤੋਂ ਆਏ ਹਨ, ਜਿਨ੍ਹਾਂ ਵਿੱਚੋਂ 35 ਦੇ ਕਰੀਬ ਵਾਪਸ ਪਰਤ ਗਏ ਹਨ ਅਤੇ 93 ਦੇ ਕਰੀਬ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਗਲੀ ਵੱਡੀ ਖਬਰ, 21 ਦਿਨ ਲੋਕਡਾਊਨ, ਘਬਰਾਉਣ ਦੀ ਲੋੜ ਨਹੀਂ, ਜਾਣੋ ਕਿਹਨਾਂ ਚੀਜ਼ਾਂ 'ਤੇ ਮਿਲੇਗੀ ਛੋਟ। ਰਾਸ਼ਟਰਵਿਆਪੀ ਲਾਕਡਾਊਨ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਮ ਆਦਮੀ ਦੇ ਡਰ ਨੂੰ ਦੂਰ ਕਰਦੇ ਹੋਏ ਟਵੀਟ ਕਰਕੇ ਕਿਹਾ ਹੈ ਕਿ ਦੇਸ਼ ਵਾਸੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਪੀ ਐੱਮ ਮੋਦੀ ਨੇ ਕਿਹਾ ਕਿ ਜ਼ਰੂਰੀ ਸੇਵਾਵਾਂ ਅਤੇ ਦਵਾਈਆਂ ਮਿਲਦੀਆਂ ਰਹਿਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੇ ਦੇਸ਼ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਜ਼ਰੂਰੀ ਸੇਵਾਵਾਂ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ। ਕੇਂਦਰ ਅਤੇ ਸਾਰੇ ਸੂਬੇ ਇਕੱਠੇ ਮਿਲ ਕੇ ਕੰਮ ਕਰਨਗੇ ਤਾਂ ਕਿ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਮਿਲਦੀਆਂ ਰਹਿਣ। ਡਿਫੈਂਸ, ਕੇਂਦਰੀ ਹਥਿਆਰਬੰਦ ਪੁਲਿਸ ਫੌਜ, ਰਜਿਸਟਰਾਰ, ਮੈਨੇਜਮੈਂਟ, ਬਿਜਲੀ ਉਤਪਾਦਨ ਅਤੇ ਟਰਾਂਸਮਿਸ਼ਨ ਯੂਨਿਟ ਅਤੇ ਪੋਸਟ ਆਫਿਸ, ਸਬਜ਼ੀ, ਰਾਸ਼ਨ, ਦਵਾਈਆਂ, ਫਲਾਂ ਦੀਆਂ ਦੁਕਾਨਾਂ, ਬੈਂਕ, ਬੀਮਾ ਅਤੇ ਏਟੀਐਮ ਆਦਿ ਖੁੱਲ੍ਹੇ ਰਹਿਣਗੇ। ਪ੍ਰਿੰਟ, ਇਲੈਕਟ੍ਰੋਨਿਕ ਮੀਡੀਆ, ਇੰਟਰਨੈੱਟ, ਬ੍ਰੌਡਕਾਸਟ ਅਤੇ ਕੇਬਲ ਸਰਵਿਸ, ਈ ਕਮਰਸ ਦੇ ਜ਼ਰੀਏ ਖਾਣਾ, ਦਵਾਈਆਂ, ਮੈਡੀਕਲ ਉਪਕਰਨਾਂ ਦੀਆਂ ਡਿਲੀਵਰੀਆਂ, ਹਸਪਤਾਲ, ਡਿਸਪੈਂਸਰੀ, ਕਲੀਨਿਕ, ਨਰਸਿੰਗ ਹੋਮ, ਪੈਟਰੋਲ ਪੰਪ, ਐਲਪੀਜੀ ਪੰਪ, ਗੈਸ, ਰਿਟੇਲ ਅਤੇ ਜਿਹੜੇ ਬੰਦ ਰਹਿਣਗੇ ਜੀ, ਸਰਕਾਰੀ ਅਤੇ ਨਿੱਜੀ ਅਫਸਰ ਆਫਿਸ ਬੰਦ ਰਹਿਣਗੇ। ਰੇਲ, ਹਵਾਈ, ਰੋਡਵੇਜ਼ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ। ਜਨਤਕ ਥਾਵਾਂ ਜਿਵੇਂ ਮਾਲ ਹਾਲ, ਜਿਮ, ਸਪਾ, ਸਪੋਰਟਸ ਕਲੱਬ ਬੰਦ ਰਹਿਣਗੇ। ਸਾਰੇ ਰੈਸਟੋਰੈਂਟ ਬੰਦ ਰਹਿਣਗੇ। ਹੋਟਲ, ਧਾਰਮਿਕ ਥਾਵਾਂ, ਸਾਰੀਆਂ ਸਿੱਖਿਅਕ ਸੰਸਥਾਵਾਂ ਬੰਦ ਰਹਿਣਗੀਆਂ। ਅੰਤਿਮ ਸੰਸਕਾਰ 'ਚ 20 ਤੋਂ ਜ਼ਿਆਦਾ ਲੋਕਾਂ ਨੂੰ ਇਜਾਜ਼ਤ ਨਹੀਂ ਮਿਲੇਗੀ। ਸਾਰੀਆਂ ਫੈਕਟਰੀਆਂ, ਵਰਕਸ਼ਾਪ, ਗੋਦਾਮ, ਬਾਜ਼ਾਰ ਬੰਦ ਰਹਿਣਗੇ। ਐਗਜ਼ੋਮੀ ਨੇ ਭਾਰਤ ਨੂੰ ਦਾਨ ਕੀਤੇ ਲੱਖਾਂ ਮਾਸਕ ਅਤੇ ਡਾਕਟਰਾਂ ਲਈ ਡਰੈਸ। ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਭਾਰਤ ਵਿੱਚ ਲੱਖਾਂ N95 ਮਾਸਕ ਦਾਨ ਕਰਨ ਦਾ ਐਲਾਨ ਕੀਤਾ ਅਤੇ ਇਸ ਤੋਂ ਇਲਾਵਾ ਕੋਰੋਨਾ ਪੀੜਤ ਦੇ ਇਲਾਜਾਂ ਵਿੱਚ ਜੁਟੇ ਡਾਕਟਰਾਂ ਲਈ ਵੀ ਪ੍ਰੋਟੈਕਟਿਵ ਸੂਟ ਵੀ ਵੱਡੇ ਪੱਧਰ 'ਤੇ ਦਾਨ ਕਰਨ ਦੀ ਗੱਲ ਕਹੀ ਹੈ। ਹੁਣ ਤੱਕ ਮਹਿੰਦਰਾ ਗਰੁੱਪ ਤੋਂ ਇਲਾਵਾ ਕਿਸੇ ਹੋਰ ਭਾਰਤੀ ਕੰਪਨੀ ਨੇ ਇਸ ਤਰ੍ਹਾਂ ਦਾ ਦਾਨ ਦੇਣ ਜਾਂ ਮਦਦ ਦਾ ਐਲਾਨ ਨਹੀਂ ਕੀਤਾ ਹੈ। ਅਗਲੀ ਵੱਡੀ ਖਬਰ ਹੈ ਜੀ, ਕੋਰੋਨਾ ਵਾਇਰਸ ਤੋਂ ਡਰੀ ਸਰਕਾਰ, ਮੋਦੀ ਤੋਂ ਦੂਰ ਦੂਰ ਬੈਠੇ ਮੰਤਰੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ ਦਿੱਲੀ ਵਿੱਚ ਹੋਈ। ਇਸ ਸਮੇਂ ਦੌਰਾਨ ਕੇਂਦਰੀ ਕੈਬਨਿਟ ਮੰਤਰੀ ਸਣੇ
ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੁਦ ਪ੍ਰਧਾਨ ਮੰਤਰੀ ਬਣੇ ਮੋਦੀ ਇੱਕ ਦੂਜੇ ਤੋਂ ਦੂਰੀ ਬਣਾਉਂਦੇ ਨਜ਼ਰ ਆਏ। ਸਾਰੇ ਲੋਕ ਕੁਝ ਦੂਰੀ 'ਤੇ ਵੱਖ ਵੱਖ ਕੁਰਸੀਆਂ 'ਤੇ ਬੈਠੇ ਸੀ। ਕੋਰੋਨਾ ਵਾਇਰਸ ਦੀ ਤਬਾਹੀ ਤੋਂ ਬਚਣ ਲਈ ਸਾਰੇ ਨਿਰੰਤਰ ਸਮਾਜਿਕ ਦੂਰੀ ਲਈ ਅਪੀਲ ਕਰ ਰਹੇ ਹਨ। ਅਤੇ ਜਿਹੜੀ ਇਹ ਤਸਵੀਰ ਹੈਗੀ ਹੈ ਜੀ, ਅਮਿਤ ਸ਼ਾਹ ਵੱਲੋਂ ਸ਼ੇਅਰ ਕੀਤੀ ਗਈ ਹੈ। ਅਗਲੀ ਵੱਡੀ ਖਬਰ ਹੈ ਜੀ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਚ ਮਰਿਆਦਾ ਜਾਰੀ, ਸੰਗਤ ਲਈ ਨਹੀਂ ਰੋਕ। ਮੈਨੇਜਰ ਦੀਨਪੁਰ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਲਗਾਤਾਰ ਮਰਿਆਦਾ ਚੱਲ ਰਹੀ ਹੈ। ਸੰਗਤਾਂ ਲਈ ਕਿਸੇ ਵੀ ਕਿਸਮ ਦੀਆਂ ਪ੍ਰਬੰਧਕਾਂ ਵੱਲੋਂ ਰੋਕ ਨਹੀਂ ਲਗਾਈ ਗਈ ਹੈ। ਗੱਲਬਾਤ ਕਰਦਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਕਿਹਾ ਕਿ ਕੰਮ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮਰਿਆਦਾ ਲਗਾਤਾਰ ਨਿਰੰਤਰ ਜਾਰੀ ਹੈ। ਅਗਲੀ ਵੱਡੀ ਖਬਰ ਹੈ ਜੀ, ਸ਼੍ਰੀ ਹਜ਼ੂਰ ਸਾਹਿਬ ਵਿਖੇ ਫਸੇ 400 ਸ਼ਰਧਾਲੂਆਂ ਨੂੰ ਕਢਾਉਣ ਲਈ ਮੁੱਖ ਮੰਤਰੀ ਤੋਂ ਮਦਦ ਦੀ ਮੰਗ। ਕੋਰੋਨਾ ਵਾਇਰਸ ਕਾਰਨ ਮਹਾਰਾਸ਼ਟਰ ਅਤੇ ਪੰਜਾਬ ਵਿੱਚ ਲੱਗੇ ਕਰਫਿਊ ਕਾਰਨ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿੱਚ ਦਰਸ਼ਨਾਂ ਲਈ ਪੰਜਾਬ ਦੇ 400 ਤੋਂ ਵੱਧ ਸ਼ਰਧਾਲੂ ਉੱਥੇ ਫਸ ਗਏ ਨੇ ਅਤੇ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲੈ ਕੇ ਮੰਗ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਇਹਨਾਂ ਸ਼ਰਧਾਲੂਆਂ ਨੂੰ ਉੱਥੋਂ ਨਿਕਾਲਣ ਦਾ ਪ੍ਰਬੰਧ ਕਰਨ। ਅਗਲੀ ਵੱਡੀ ਖਬਰ ਹੈ ਜੀ, ਕਰਫਿਊ ਲੱਗਣ ਦੇ ਬਾਵਜੂਦ ਵੀ ਦੁਕਾਨਾਂ ਖੁੱਲ੍ਹਣ ਵਾਲੇ 8 ਦੁਕਾਨਦਾਰਾਂ 'ਤੇ ਕੇਸ ਦਰਜ। ਭਾਰਤ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਲੈ ਕੇ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜਿਹੜਾ 31 ਮਾਰਚ ਤੱਕ ਕਰਫਿਊ ਲਗਾਇਆ ਗਿਆ ਹੈ, ਜਿਸ ਦੇ ਚੱਲਦਿਆਂ ਕੁਝ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰਾ ਕੁਝ ਸਰਕਾਰ ਨੇ ਅਗਲੇ ਦੇਸ਼ਾਂ ਤੱਕ ਬੰਦ ਰੱਖਣ ਦਾ ਐਲਾਨ ਕੀਤਾ। ਪਰ ਕਈ ਲੋਕ ਸਰਕਾਰਾਂ ਦੇ ਇਸ ਫੈਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ, ਜਿਸ ਦੇ ਕਾਰਨ ਅੱਜ ਦਿਨ ਕਈ ਲੋਕਾਂ 'ਤੇ ਪ੍ਰਸ਼ਾਸਨ ਨੂੰ ਸਖ਼ਤੀ ਵਰਤਣੀ ਪੈ ਰਹੀ ਹੈ। ਦੱਸ ਦਈਏ ਕਿ ਅੱਜ ਚੰਬਾਲੇ ਵਿਖੇ ਪੁਲਿਸ ਵੱਲੋਂ ਛਾਪੇਮਾਰੀ ਕਰਕੇ 8 ਲੋਕਾਂ 'ਤੇ ਉਸ ਸਮੇਂ ਕੇਸ ਦਰਜ ਕਰ ਲਿਆ ਗਿਆ ਜਦੋਂ ਉਹ ਸਰਕਾਰ ਦੇ ਕਰਫਿਊ ਲਗਾਉਣ ਦੇ ਬਾਵਜੂਦ ਵੀ ਆਪਣੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਸਨ। ਅਗਲੀ ਵੱਡੀ ਖਬਰ ਹੈ ਜੀ, ਮੋਦੀ ਤੋਂ ਵੀ ਤੇਜ਼ ਨਿਕਲਿਆ ਕੈਪਟਨ ਦਾ ਇਹ ਪਿੰਡ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ 'ਚ 21 ਦਿਨਾਂ ਦੇ ਲੋਕਡਾਊਨ ਦਾ ਐਲਾਨ ਕੀਤਾ ਗਿਆ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ਦਾ ਇੱਕ ਪਿੰਡ PM ਮੋਦੀ ਤੋਂ ਵੀ ਅੱਗੇ ਨਿਕਲ ਗਿਆ। ਪਟਿਆਲਾ ਜ਼ਿਲ੍ਹੇ ਦੇ ਅਗੇਤਾ ਪਿੰਡ ਦੇ ਲੋਕਾਂ ਨੇ ਖੁਦ ਨੂੰ 21 ਦਿਨਾਂ ਲਈ ਕੁਆਰੰਟਾਈਨ ਦਾ ਫੈਸਲਾ ਜਨਤਾ ਕਰਫਿਊ ਦੌਰਾਨ ਹੀ ਕਰ ਲਿਆ ਸੀ। ਅਗਲੀ ਵੱਡੀ ਖਬਰ ਹੈ ਜੀ, ਮੋਦੀ ਦੇ ਲੋਕਡਾਊਨ ਮਗਰੋਂ ਕੇਜਰੀਵਾਲ ਆਏ ਸਾਹਮਣੇ ਕੀਤਾ ਵੱਡਾ ਐਲਾਨ। ਪੂਰੇ ਦੇਸ਼ ਵਿੱਚ ਅਗਲੇ 21 ਦਿਨਾਂ ਤੱਕ ਲੋਕਡਾਊਨ ਦੇ ਐਲਾਨ ਤੋਂ ਬਾਅਦ ਦੇਸ਼ ਦੇ ਲੋਕ ਡਰ ਗਏ ਨੇ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਤੋਂ ਸਮਾਨ ਇਕੱਠਾ ਕਰਨਾ ਪਹੁੰਚਾ ਰਹੇ ਹਨ ਅਤੇ ਇਸ ਦਹਿਸ਼ਤ ਦੇ ਮਾਹੌਲ ਵਿੱਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਮਣੇ ਆਏ ਹਨ। ਉਹਨਾਂ ਨੇ ਜਨਤਾ ਨੂੰ ਅਜਿਹਾ ਨਾ ਕਰਨ 'ਤੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਸਾਨੂੰ ਤੁਹਾਡੇ ਸਮਰਥਨ ਦੀ ਲੋੜ ਹੈ, ਕੇਜਰੀਵਾਲ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨਾਲ ਪ੍ਰੈਸ ਕਾਨਫਰੰਸ ਵਿੱਚ CM ਕੇਜਰੀਵਾਲ ਨੇ ਕਿਹਾ। ਅਗਲੀ ਵੱਡੀ ਖਬਰ ਹੈ ਜੀ, ਰਿਲਾਇੰਸ ਇੰਡਸਟਰੀ 30,000 ਤੋਂ ਘੱਟ ਤਨਖਾਹ ਲੈਣ ਵਾਲਿਆਂ ਨੂੰ ਮਹੀਨੇ 'ਚ 2 ਵਾਰ ਦੇਵੇਗੀ ਸੈਲਰੀ ਕੋਰੋਨਾ ਵਾਇਰਸ ਬਣਿਆ ਕਾਰਨ। ਮੁਕੇਸ਼ ਅੰਬਾਨੀ ਦੇ ਅਗਵਾਈ 'ਚ ਰਿਲਾਇੰਸ ਇੰਡਸਟਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਰ ਮਹੀਨੇ 30,000 ਰੁਪਏ ਤੋਂ ਘੱਟ ਕਮਾਉਣ ਵਾਲਿਆਂ ਲਈ ਉਹਨਾਂ ਦੇ ਕੈਸ਼ ਫਲੋ ਨੂੰ ਬਚਾਉਣ ਅਤੇ ਕਿਸੇ ਵੀ ਵੱਡੀ ਵਿੱਤੀ ਬੋਝ ਨੂੰ ਘੱਟ ਕਰਨ ਲਈ ਮਹੀਨੇ 'ਚ 2 ਵਾਰ ਤਨਖਾਹ ਦਾ ਭੁਗਤਾਨ ਕੀਤਾ ਜਾਵੇਗਾ। ਅਗਲੀ ਵੱਡੀ ਖਬਰ ਹੈ ਜੀ, ਸਬਜ਼ੀ ਅਤੇ ਬਾਕੀ ਚੀਜ਼ਾਂ ਲਈ ਕਰਫਿਊ ਵਿੱਚ ਦਿੱਤੀ ਜਾਵੇਗੀ ਢਿੱਲ। ਫਿਰੋਜ਼ਪੁਰ ਸੋਮਵਾਰ ਨੂੰ ਤੋਂ ਲੱਗੇ ਕਰਫਿਊ ਵਿੱਚ ਮੰਗਲਵਾਰ ਨੂੰ ਵੀ ਛੋਟ ਨਹੀਂ ਦਿੱਤੀ ਗਈ। ਲੋਕ ਦੁੱਧ ਅਤੇ ਸਬਜ਼ੀ ਲਈ ਤਰਸਦੇ ਰਹੇ ਅਤੇ ਸਵੇਰੇ ਸ਼ਹਿਰ ਦੀ ਸਬਜ਼ੀ ਮੰਡੀ ਜਿਵੇਂ ਹੀ ਖੁੱਲ੍ਹੀ ਉਸ ਸਮੇਂ ਪੁਲਿਸ ਨੇ ਉੱਥੇ ਪਹੁੰਚ ਕੇ ਲਾਠੀਆਂ ਭਰਾ ਕੇ ਮੰਡੀ ਵੀ ਬੰਦ ਕਰਵਾ ਦਿੱਤੀ। ਇਸ ਤੋਂ ਇਲਾਵਾ ਵਿਸ਼ੇਵਾਲਾ ਰੋਡ ਸਥਿਤ ਡੇਰੇ ਵਿੱਚ ਲੱਗੇ RO ਨੂੰ ਬੰਦ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਪੀਣ ਲਈ ਪਾਣੀ ਤੱਕ ਨਹੀਂ ਮਿਲ ਰਿਹਾ। ਕਰਫਿਊ ਵਿੱਚ ਦੂਜੇ ਦਿਨ ਰਾਹਤ ਨਾ ਦੇਣ ਕਾਰਨ ਲੋਕ ਘਰਾਂ ਵਿੱਚ ਬੰਦ ਨੇ ਅਤੇ ਲੋਕਾਂ ਨੂੰ ਸਵੇਰੇ ਆਪਣੇ ਛੋਟੇ ਬੱਚਿਆਂ ਲਈ ਦੁੱਧ ਤੱਕ ਨਹੀਂ ਮਿਲਿਆ। ਦੋਸਤੋ, ਇਹ ਸੀਗੀਆਂ ਅੱਜ ਦੀਆਂ ਆਪਣੀਆਂ ਸ਼ਾਮ ਦੀਆਂ ਵੱਡੀਆਂ ਖਬਰਾਂ ਅਤੇ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰੋ ਜੀ, ਅਤੇ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਹੋਰ ਨਵੀਆਂ ਖਬਰਾਂ ਨਾਲ ਹੋਣ ਦੇ ਲਈ।